ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਾਡਾ ਛੋਟਾ ਜਿਹਾ ਬੱਚਾ ਜੀ ਜਿਹੜਾ ਅਮਨਜੋਤ ਸਿੰਘ ਜਿਹੜਾ ਕੱਲ ਅਸੀਂ ਲਾਈਵ ਹੋਏ ਸੀਗੇ, ਕੱਲ ਵੀ ਪਰਸੋਂ ਵੀ ਲਾਈਵ ਹੋਏ ਸੀ। ਇੱਕ ਭੈਣ ਸਾਨੂੰ ਬੜੀ ਮਾੜੀ ਹਾਲਤ ਦੇ ਵਿੱਚ ਪੰਜਾਬ ਦੇ ਛੇਵੇਂ ਦਰਿਆ ਨਸ਼ਿਆਂ ਦੇ ਹੱਦ ਦੇ ਵਿੱਚ ਭੈਣ ਦਾ ਜਿਹੜਾ ਕਿ ਤੁਸੀਂ ਦੇਖਿਆ ਦਿਮਾਗੀ ਅਤੇ ਸਰੀਰਕ ਨੁਕਸਾਨ ਹੋਇਆ ਹੋਇਆ ਜਿਹਦੇ ਕਰਕੇ ਬੜੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਹੁਣ ਇਸ ਟਾਈਮ ਨਿੱਕੂ ਵਾਰਡ ਹੈ, ਇੱਕ ਬੱਚਿਆਂ ਦਾ ਇੱਕ ICU ਟਾਈਪ ਕਹਿ ਸਕਦੇ ਹੋ, ਅਤੇ ਉਹਦੇ ਵਿੱਚ ਇਹ ਬੱਚਾ ਐਡਮਿਟ ਆ ਜੀ। ਬੱਚੇ ਦੀ ਕੰਡੀਸ਼ਨ ਕਾਫੀ ਮਾੜੀ ਸੀ, ਬੁਖਾਰ ਹੋ ਗਿਆ ਸੀ ਅੱਜ ਸਵੇਰੇ। ਤਾਂ ਤੁਸੀਂ ਦੇਖ ਸਕਦੇ ਹੋ, ਦੇਖੋ ਬੱਚਾ ਛੋਟਾ ਜਿਹਾ, ਉਹਦੇ ਲੱਤਾਂ ਦੇ ਉੱਪਰ ਨਿਸ਼ਾਨ, ਗੋਡਿਆਂ ਦੇ ਉੱਪਰ ਦੇਖੋ ਤੁਸੀਂ ਕਿੱਦਾਂ ਛੋਟੇ ਛੋਟੇ ਨਿਸ਼ਾਨ। ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਸੀਗੇ, ਅਤੇ ਉਹਦੇ ਵਿੱਚ ਵੀ ਰੈਸ਼ ਕਾਫੀ ਜ਼ਿਆਦਾ ਹੋਏ ਹੋਏ ਆ ਡਾਇਪਰ ਦੇ ਵਿੱਚ ਵੀ, ਅਤੇ ਯਾਨੀ ਕਿ ਬੱਚੇ ਨੂੰ ਹੁਣ ਇੱਥੇ ਵਾਰਡ ਦੇ ਵਿੱਚ ਐਡਮਿਟ ਕਰਵਾਇਆ ਹੋਇਆ ਸੀ। ਸੱਚੇ ਪਾਤਸ਼ਾਹ ਮਿਹਰ ਕਰਨ ਜੀ, ਅਸੀਂ ਸੰਗਤਾਂ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਇਹਦੇ ਵਾਸਤੇ, ਬੱਚੇ ਵਾਸਤੇ, ਛੋਟੇ ਜਿਹੇ ਅਮਨਜੋਤ ਵਾਸਤੇ ਅਰਦਾਸ ਕਰੋ ਵੀ ਇਹ ਠੀਕ ਹੋਵੇ, ਆਪਣੀ ਲਾਈਫ ਵਧੀਆ ਤਰੀਕੇ ਨਾਲ ਜਿਉਂ ਸਕੇ ਜੀ। ਇਹਦੇ ਜਿਵੇਂ ਟੈਸਟ ਵਗੈਰਾ ਹੁਣ ਜਿਹੜੇ ਲਿਖੇ ਸੀ ਡਾਕਟਰਾਂ ਨੇ ਹੋਏ ਆ, ਇੱਕ ਪਹਿਲਾਂ TB ਦਾ ਸੀਗਾ, ਜਿਵੇਂ ਇਹਦੀ ਮਦਰ ਨੂੰ ਵੀ TB ਆ, ਜਿਹੜੀ ਕਿ ਲੰਗਸ ਦੀ, ਫੇਫੜਿਆਂ ਦੀ TB ਹੈ, ਕਾਫੀ ਜ਼ਿਆਦਾ ਮਾੜੀ ਹਾਲਤ ਦੇ ਵਿੱਚ ਆ। ਉਹਨਾਂ ਦੇ 3 ਬੋਤਲਾਂ ਬਲੱਡ ਦੀਆਂ ਚੜ ਗਈਆਂ। ਲੜਕੀ ਹੈ ਜਿਹੜੀ, ਉਹ ਜੋਤੀ ਹੈ ਉਹਦਾ ਨਾਂ ਹੈ ਜੀ, ਮਦਰ ਦਾ, ਅਤੇ ਉਹਦੇ 'ਚ ਖੂਨ ਸੀ ਜਿਹੜਾ, ਉਹ ਵੀ ਯਾਨੀ ਕਿ 5.6 ਗ੍ਰਾਮ ਸੀਗਾ, ਜਿਹੜਾ ਕਿ ਇੱਕ ਇਨਸਾਨ ਨੂੰ ਜਿਉਣ ਦੀ ਖਾਤਰ 7 ਗ੍ਰਾਮ ਘੱਟੋ ਘੱਟ ਚਾਹੀਦਾ। ਤਾਂ ਬੜੀ ਮਾੜੀ ਹਾਲਤ ਸੀ। ਤੁਸੀਂ ਬੱਚੇ ਦੀ ਮਾਸੂਮੀਅਤ ਦੇਖ ਸਕਦੇ ਹੋ, ਬੱਚਾ ਕਿੰਨਾ ਖੁਸ਼ ਆ, ਅਤੇ ਮਹਾਰਾਜ ਨੇ ਕਿਰਪਾ ਕਰੀ ਆ ਵੀ ਇਹ ਜਿਵੇਂ ਦੱਸਦੇ ਆ ਪਿਛਲੇ 4-5 ਮਹੀਨਿਆਂ ਤੋਂ, 1 ਮਹੀਨੇ ਦਾ ਹੀ ਸੀ ਬੱਚਾ ਜਦੋਂ ਕੁੜੀ ਚਲੀ ਗਈ ਘਰੋਂ, ਪਰ ਉਹ ਇਕੱਲੀ ਨਹੀਂ, ਪਤਾ ਨਹੀਂ ਕਿੱਦਾਂ ਇਹਨੂੰ ਪਾਲਿਆ, ਕਿੱਦਾਂ ਇਹਨੂੰ ਗੁਰੂ ਮਹਾਰਾਜ ਨੇ ਸ਼ਕਤੀ ਦਿੱਤੀ। ਬੱਚਾ 24 ਘੰਟੇ ਆਰਤੀ ਚੌਂਕ ਦੇ ਵਿੱਚ ਇਕੱਲਾ ਲਿਬਾਸ ਹਾਲਤ ਨਾਲ ਉਹਦੇ ਪਿਆ ਰਿਹਾ, ਕੁੜੀ ਅਲੱਗ ਪਈ ਸੀ ਅਤੇ ਬੱਚਾ ਅਲੱਗ ਪਿਆ ਸੀਗਾ ਜੀ ਸਾਈਡ 'ਤੇ, ਅਤੇ ਬੜੀ ਯਾਨੀ ਕਿ ਕੰਡੀਸ਼ਨ ਮਾੜੀ ਸੀਗੀ ਉਸ ਟਾਈਮ ਕੁੜੀ ਦੀ ਸਿਹਤ ਦੀ ਵੀ ਅਤੇ ਬੱਚੇ ਦੀ ਵੀ। ਅਤੇ ਗੁਰੂ ਮਹਾਰਾਜ ਨੇ ਕਿਰਪਾ ਕਰੀਏ, ਕੱਲ੍ਹ ਜਿਵੇਂ ਅਸੀਂ ਵੀਡੀਓ ਪਾਈ ਸੀਗੀ, ਅਤੇ ਬਈ ਉਹਨਾਂ ਦੇ ਫਾਦਰ ਸਾਹਿਬ ਲੜਕੀ ਦੇ ਆਏ ਸੀ, ਇਸ ਬੱਚੇ ਦੇ ਨਾਨਾ ਜੀ, ਅਤੇ ਅੱਜ ਇਹਨਾਂ ਦੇ ਨਾਨੀ ਜੀ ਵੀ ਇੱਥੇ ਪਹੁੰਚੇ ਆ ਜੀ, ਇਹ ਮਾਤਾ ਜੀ ਸਾਡੇ ਕੋਲ ਆਏ ਨੇ। ਅਸੀਂ ਗੁਰੂ ਮਹਾਰਾਜ ਮੂਹਰੇ ਕਿਰਪਾ ਕਰਨ, ਗੁਰੂ ਮਹਾਰਾਜ ਮੂਹਰੇ ਅਰਦਾਸ ਕਰਦੇ ਹਾਂ ਵੀ ਇਹ ਬੱਚੇ ਨੂੰ ਹੁਣ ਸਾਂਭ ਸਕਣ, ਇਹ ਬੱਚਾ ਠੀਕ ਹੋ ਕੇ ਆਪਣਾ ਇਹਨਾਂ ਦੇ ਕੋਲ, ਇਹਨਾਂ ਦੇ ਪਰਿਵਾਰ 'ਚ ਰਹਿ ਸਕੇ। ਅਸੀਂ ਇਹਨਾਂ ਨਾਲ ਵੀ ਗੱਲ ਕੀਤੀ ਹੈ ਕਿਉਂਕਿ ਇਹਦੇ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਹੈਗਾ ਜੀ। ਚਲੋ ਇਹਦੀ ਮਦਰ ਨੇ, ਬੱਚੇ ਜੀ ਨੇ ਜੋ ਵੀ ਕੀਤਾ ਉਹਨੂੰ ਉਸ ਚੀਜ਼ ਦੀ ਸਜ਼ਾ ਮਿਲੀ ਜਾ ਰਹੀ ਹੈ। ਉਹਦੀ ਸਿਹਤ ਕਾਫੀ ਜ਼ਿਆਦਾ ਡਾਊਨ ਆ, ਅਤੇ ਉੱਥੋਂ ਤੁਸੀਂ ਦੇਖਿਆ ਹੀ ਹੈ ਵੀਕਨੈਸ ਕਿੰਨੀ ਜ਼ਿਆਦਾ ਅੱਗੇ, ਜਿਵੇਂ ਕਿ ਤੁਹਾਨੂੰ ਦੱਸਿਆ ਵੀ ਹੈ। ਪਰ ਬੱਚੇ ਦਾ ਤੁਸੀਂ ਹਾਲਾਤ ਮੈਂ ਤੁਹਾਨੂੰ ਫੋਟੋਆਂ ਦੇ ਵਿੱਚ ਵੀ ਅਸੀਂ ਤੁਹਾਨੂੰ ਦਿਖਾਏ ਸੀ, ਛੋਟਾ ਜਿਹਾ ਬੱਚਾ ਦੇਖੋ ਕਿੱਦਾਂ ਰੈਸ਼ ਹੋਏ ਪਏ ਆ ਉਹਦੀ ਬੋਡੀ ਦੇ ਉੱਪਰ, ਅਤੇ ਅਸੀਂ ਪੂਰੀ ਡੈਪਰ ਦੇ ਵਿੱਚ ਸਾਰੇ, ਕਿਉਂਕਿ ਕਈ ਦਿਨ ਲੱਗਿਆ ਰਿਹਾ ਇੱਕੋ ਹੀ ਡੈਪਰ, ਉੱਦਾਂ ਹੀ ਘੁੰਮਦਾ ਰਿਹਾ ਬੱਚਾ, ਪੋਟੀ ਵਗੈਰਾ ਤਾਂ ਜਾਂ ਬਾਥਰੂਮ ਵਗੈਰਾ ਉੱਦਾਂ ਹੀ ਕਰਦਾ ਰਿਹਾ। ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕਰੀ ਹੈ ਅਤੇ ਅਮਨਜੋਤ 'ਤੇ, ਜਿਹੜਾ ਇਹ ਠੀਕ ਠਾਕ ਹੈ ਜੀ। ਅਤੇ ਹੁਣ ਅੱਜ ਬੁਖਾਰ ਹੋ ਗਿਆ ਸੀਗਾ ਕੁਛ ਬੋਡੀ ਦੇ ਰੈਸ਼ਿਸ ਕਰਕੇ, ਇਹਨੂੰ ਇੱਥੇ ਦੀਪਕ ਹੋਸਪਿਟਲ ਦੇ ਵਿੱਚ ਨਿੱਕੂ ਵਾਰਡ ਆ ਬੱਚਿਆਂ ਦਾ, ਇੱਕ ਛੋਟਾ ਜਿਹਾ ICU ਬਣਾਇਆ ਹੋਇਆ, ਤਾਂ ਤੁਸੀਂ ਦੇਖ ਸਕਦੇ ਹੋ, ਅਤੇ ਉਹਦੇ ਵਿੱਚ ਐਡਮਿਟ ਕਰਿਆ ਹੋਇਆ। ਸੱਚੇ ਪਾਤਸ਼ਾਹ ਮਿਹਰ ਕਰਨ, ਬੱਚਾ ਠੀਕ ਠਾਕ ਸਲਾਮਤ ਆਪਣੇ ਆਪਦੇ ਨਾਨੀ ਕੋਲ, ਆਪਦੀਆਂ ਮਾਸੀਆਂ ਇਹਨਾਂ ਦੀਆਂ ਆਈਆਂ, ਉਹਦੀਆਂ ਜੋਤੀ ਦੀਆਂ ਦੋਨੋਂ ਭੈਣਾਂ ਆਈਆਂ ਹੋਈਆਂ ਅਤੇ ਮਦਰ ਆਏ ਹੋਏ ਨੇ ਅੱਜ ਮਿਲਣ, ਇਹਨਾਂ ਕੋਲ ਜਾ ਸਕੇ ਜੀ। ਅਤੇ ਸੱਚੇ ਪਾਤਸ਼ਾਹ ਮਿਹਰ ਕਰਨ ਜੀ, ਅਤੇ ਸਾਡੇ ਟੀਮ ਮੈਂਬਰ ਅਜਿੰਦਰ ਆ, ਗਗਨ ਆ ਮੁੰਡਾ ਜੀ, ਅਤੇ ਇੱਕ ਮਨੀ ਜਿਹੜਾ ਵੀਰ ਲੈ ਕੇ ਆਇਆ, ਇਹਨਾਂ ਨੂੰ 3-4 ਦਿਨਾਂ ਤੋਂ ਇਹ ਬੜੀ ਸੇਵਾ ਕਰ ਰਿਹਾ, ਬੱਚੇ ਦੀ ਸੇਵਾ ਸੰਭਾਲ ਅਤੇ ਉਹਦੇ ਡੈਪਰ ਬਦਲਣੇ ਨੂੰ ਸਾਫ਼ ਸਫਾਈ ਕਰਨੀ, ਇਹੀ ਮੁੰਡੇ ਹੀ ਕਰ ਰਹੇ ਇਹ ਸੇਵਾ। ਅਤੇ ਬੜੀ ਕਿਰਪਾ ਕਰੀਏ ਸੱਚੇ ਪਾਤਸ਼ਾਹ ਨੇ ਇਹਨਾਂ 'ਤੇ ਵੀ, ਜਿਹੜੇ ਬੱਚੇ ਦੀ ਸੇਵਾ ਕਰ ਰਹੇ ਆ। ਅਤੇ ਸਾਡਾ ਨੰਬਰ ਜਿਵੇਂ ਤੁਸੀਂ ਜਾਣਦੇ ਹੋ 97-803-0073 ਨੰਬਰ ਆ ਜੀ, ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਦੀਪਕ ਹੋਸਪਿਟਲ ਦੇ ਵਿੱਚ ਐਡਮਿਟ ਇਸ ਟਾਈਮ। ਅਤੇ ਅੱਗੇ ਵੀ ਅਸੀਂ ਬੇਨਤੀ ਕਰਦੇ ਹਾਂ, ਜਿਹੜਾ ਨਸ਼ਿਆਂ ਦਾ 6ਵਾਂ ਦਰਿਆ ਪੰਜਾਬ ਦੇ ਵਿੱਚ ਵਗਿਆ ਹੋਇਆ, ਜਿਹਨੇ ਬੜਾ ਜ਼ਿਆਦਾ ਨੁਕਸਾਨ ਕੀਤਾ ਸਾਡੀ ਆਉਣ ਵਾਲੀ ਨਸਲਾਂ 'ਤੇ ਵੀ ਅਸਰ ਪੈ ਗਿਆ ਉਹਨਾਂ ਦਾ। ਇਹ ਬੱਚਾ ਜਿਵੇਂ ਤੁਸੀਂ ਇਸ ਚੀਜ਼ ਦਾ ਸ਼ਿਕਾਰ ਆ, ਜਿਹਨੂੰ ਹਜੇ ਤੱਕ ਸਮਝ ਵੀ ਹੈ ਨਹੀਂ ਵੀ ਨਸ਼ਾ ਹੁੰਦਾ ਕੀ ਚੀਜ਼ ਆ, ਉਸੇ ਚੀਜ਼ ਦਾ ਇਹ ਵਿਚਾਰਾ ਨਾ ਬੇਸਮਝ ਬੱਚਾ, ਜਿਹਨੂੰ ਨਹੀਂ ਸਮਝ ਹਜੇ ਤੱਕ ਇਸ ਚੀਜ਼ ਦਾ ਸ਼ਿਕਾਰ ਹੋ ਗਿਆ, ਇਹਦੀ ਲਾਈਫ ਦੇ ਉੱਪਰ ਪਤਾ ਨਹੀਂ ਕਿੰਨਾ ਟਾਈਮ ਇਸ ਚੀਜ਼ ਦਾ ਅਸਰ ਰਹੂਗਾ ਜੀ। ਇੱਦਾਂ ਹੀ ਹੋਰ ਕਿੰਨੇ ਪਰਿਵਾਰਾਂ 'ਤੇ, ਕਿੰਨੇ ਬੱਚਿਆਂ 'ਤੇ ਇਸ ਚੀਜ਼ ਦਾ ਅਸਰ ਰਹਿਣਾ, ਇਹ ਸੰਤਾਪ ਸਾਨੂੰ
ਆਉਣ ਵਾਲੇ 60-70 ਸਾਲਾਂ ਦੇ ਵਿੱਚ ਭੋਗਣਾ ਪੈਣਾ ਜੀ। ਬਸ ਇੰਨੀਆਂ ਬੇਨਤੀਆਂ ਕਰਨੀਆਂ ਸੀਗੀਆਂ ਜੀ। ਅਸੀਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਵੀ ਠੀਕ ਹੋ ਜਾਵੇ ਸਾਰੇ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਉਹ ਅਰਦਾਸ ਕਰਨ ਵੀ ਬੱਚਾ ਠੀਕ ਠਾਕ ਆਪਣੀ ਜ਼ਿੰਦਗੀ ਜਿਉਂ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।